ਅਾ ਸੀਸੀਟੀਵੀ ਦੇ ਵਿੱਚ ਦਿਖ ਰਏ ਸ਼ਖਸ ਚੋਰ ਨੇ ਇੱਕ ਪੈਟਰੋਲ ਪੰਪ ਦੇ ਆਫਿਸ ਦੇ ਵਿੱਚ ਵੜੇ ਨੇ ਜਿੱਥੇ ਯੂਪੀਐਸ ਯਾਨੀ ਕਿ ਇਨਵਰਟਰ ਲੱਗਿਆ ਹੋਇਆ ਏ ਬੈਟਰੀ ਬੈਕਅਪ ਦੇ ਲਈ ਬੈਟਰੀਆਂ ਲੱਗੀਆਂ ਹੋਈਆਂ ਨੇ ਪੰਜ ਤੋਂ 6 ਬੈਟਰੀਆਂ ਲੱਗੀਆਂ ਸੀ ਇਹਨਾਂ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਆ ਤੇ ਇਹ ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਚੋਰ ਤਾਂ ਦੱਸਦੀਏ ਕਿ ਕਪੂਰਥਲਾ ਦੇ ਤਹਿਸੀਲ ਪੁਲੱਥ ਦੇ ਵਿੱਚ ਪਿੰਡ ਬਾਗੜੀਆ ਦੇ ਵਿੱਚ ਚੋਰ ਵੜੇ ਇੱਕ ਪੈਟਰੋਲ ਪੰਪ ਦੇ ਆਫਿਸ 'ਚ ਵੜ ਕੇ ਇਹਨਾਂ ਨੇ 40000 ਰੁਪਏ ਕੈਸ਼ ਚੋਰੀ ਕੀਤਾ ਬਾਅਦ ਦੇ ਵਿੱਚ 2 ਲੱਖ ਰੁਪਏ ਦੇ ਕਰੀਬ ਜਿਹੜੀਆਂ ਬੈਟਰੀਆਂ ਸੀ ਇਸ ਦੀ ਕੀਮਤ 2 ਲੱਖ ਦੱਸੀ ਜਾ ਰਹੀ ਹੈ ਨਾ ਬੈਟਰੀਆਂ ਨੂੰ ਚੋਰੀ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਇਹਨਾਂ ਚੋਰਾਂ ਦੀ ਕਟਿਆ ਹਰਕਤ ਕੈਦ ਹੋ ਗਈ ਆ ਦੇਖ ਸਕਦੇ ਹੋ ਸ਼ਕਲਾਂ ਵੀ ਸਾਫ਼-ਸਾਫ਼ ਦੇਖਿਆ ਜਾ ਸਕਦੀਆਂ ਨੇ ਇਹਨਾਂ ਚੋਰਾਂ ਦੀਆਂ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਨੇ ਪੈਟਰੋਲ ਪੰਪ ਦੇ ਆਫਿਸ 'ਚ ਵੜ ਕੇ ਇਹਨਾਂ ਬੈਟਰੀਆਂ ਨੂੰ ਚੋਰੀ ਕੀਤਾ ਤੇ ਨਾਲ ਦੀ ਨਾਲ 40000 ਰੁਪਏ ਕੈਸ਼ ਵੀ ਲੈ ਗਏ ਐਸ ਐਚਓ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਅਗਲੀ ਕਾਰਵਾਈ ਕੀ ਕਰਨਗੇ ਉਸ ਬਾਰੇ ਵੀ ਦੱਸਿਆ ਤਾਂ ਦੱਸਦੀ ਹੈ ਕਿ ਇਹਨਾਂ ਚੋਰਾਂ ਦੇ ਵੱਲੋਂ 10 ਬੈਟਰੀਆਂ ਚੋਰੀਆਂ ਕੀਤੀਆਂ ਗਈਆਂ ਨੇ ਜੀ ਹਾਂ 10 ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਰਾਤ ਵੇਲੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਵੇਲੇ ਪੰਪ ਬੰਦ ਹੁੰਦਾ ਹੈ ਤਾਂ ਗੇਟ ਤੋੜ ਕੇ ਇਹ ਪੰਪ ਦੇ ਅੰਦਰ ਵੜਦੇ ਨੇ ਤੇ ਬੈਟਰੀਆਂ ਚੋਰੀ ਕਰਕੇ ਲੈ ਜਾਂਦੇ ਨੇ ਤਾਂ ਵੱਡੀ ਖਬਰ ਹੈ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ પેટ્રોલ ਪੰਪ ਦੇ ਵਿੱਚ ਵੜ ਕੇ ਚੋਰ ਯੂਪੀਐਸ ਯਾਨੀ ਕਿ ਇਨਵਰਟਰ ਦੀਆਂ 10 ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਮੈਲ ਸਾਹਿਬ ਰਾਤੀ ਤੁਹਾਡੇ ਕੋਈ ਇੱਥੇ ਜਿਹੜੀ ਚੋਰੀ ਹੋਈ ਉਸ ਬਾਰੇ ਜਾਣਕਾਰੀ ਸਮਝੀ ਕਰੋ ਸਰ ਉਹ ਰਾਤ 1:30 ਵਜੇ ਆਇਆ ਜੀ ਅੱਛਾ ਜੀ ਤੇ ਕੋਈ ਪਤਾ ਕਿੰਨੇ ਜਾਣੇ ਸੀ ਮੇਰੇ ਖਿਆਲ ਚਾਰ ਜਾਂ ਪੰਜ ਆਨੇ ਸੀ ਅੱਛਾ ਜੀ ਤੇ ਕੀ ਚੋਰੀ ਉਹਨਾਂ ਕੀਤਾ ਆ 10 ਬੈਟਰੀ ਲਗਾਈ ਵੱਡੇ ਤੇ ਕਿੰਨੀ ਕੀਮਤ ਦੇ ਹੈ ਲਗਭਗ ਪੌਣੇ 2 ਦੋ ਦਲ ਕਰੀਬ ਸੀ ਹੈਗੇ ਜੀ ਤੇ ਸੀਸੀਟੀਵੀ ਕੈਮਰੇ ਵਿੱਚ ਜਿਹੜੇ ਬੰਦੇ ਕੋਈ ਆਏ ਸੀਸੀਟੀਵੀ ਕੈਮਰੇ ਦੇ ਬੰਦੇ ਆਏ ਚਾਰ ਪੰਜ ਅੱਛਾ ਜੀ ਉਹ ਬੰਨੇ ਉਹਨਾਂ ਨੇ ਠੀਕ ਹੈ ਜੀ ਤੇ ਬੱਚਾਂ ਚ ਨਹੀਂ ਆ ਰਹੇ ਆਏ ਕਾਰ ਦੇ ਤੇ ਆਏ ਬਰੂਤੀ ਕਾਰ ਦੇ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਦਾ ਚਲੋ ਉਥੇ ਹੋਏਗਾ ਤੇ ਬਾਕੀ ਕੀ ਕਹਿਣਾ ਚਾਹੋਗੇ ਇਨ੍ਹਾਂ ਚੋਰਾਂ ਬਾਰੇ ਜੋ ਚੋਰਾਂ ਬਾਰੇ ਸਾਡਾ ਇਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਠੀਕ ਹੈ ਜੀ ਤੇ ਜੇ ਸਾਡਾ ਨੁਕਸਾਨ ਹੋਇਆ ਉਹ ਮਤਲਬ ਵਾਪਸ ਵਾਪਸ ਲਿਆ ਜਾਵੇ ਤੇ ਇਸ ਦੀ ਜਿਹੜੀ ਦਰਖਾਸਤ ਉਠਾਣੇ ਦੇ ਦਿੱਤੀ ਹਾਂਜੀ ਦੇ ਦਿੱਤੀ ਠੀਕ ਹੈ ਐਸਐਸ ਨੂੰ ਸਾਹ ਮਿਲੇ ਐਸਐਸ ਸਾਹਿਬ ਕਹਿੰਦੇ ਸੀ ਅੱਧੇ ਘੰਟੇ ਤੱਕ ਆ ਰਹੇ ਤੁਹਾਡੇ ਕੋਲ ਠੀਕ ਹੈ ਆ ਸੀਸੀਟੀਵੀ ਦੇ ਵਿੱਚ ਦਿਖ ਰਹੇ ਸ਼ਖਸ ਚੋਰ ਨੇ ਇੱਕ ਪੈਟਰੋਲ ਪੰਪ ਦੇ ਆਫਿਸ ਦੇ ਵਿੱਚ ਵੜੇ ਨੇ ਜਿੱਥੇ ਯੂਪੀਐਸ ਯਾਨੀ ਕਿ ਇਨਵਰਟਰ ਲੱਗਿਆ ਹੋਇਆ ਏ ਬੈਟਰੀ ਬੈਕਅਪ ਦੇ ਲਈ ਬੈਟਰੀਆਂ ਲੱਗੀਆਂ ਹੋਈਆਂ ਨੇ 5 ਤੋਂ 6 ਬੈਟਰੀਆਂ ਲੱਗੀਆਂ ਸੀ ਇਹਨਾਂ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਆ ਤੇ ਇਹ ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਚੋਰ ਤਾਂ ਦੱਸਦੀਏ ਕਿ ਕਪੂਰਥਲਾ ਦੇ ਤਹਿਸੀਲ ਪੁਲੱਥ ਦੇ ਵਿੱਚ ਪਿੰਡ ਬਾਗੜੀਆ ਦੇ ਵਿੱਚ ਚੋਰ ਵੜੇ ਇੱਕ ਪੈਟਰੋਲ ਪੰਪ ਦੇ ਆਫਿਸ 'ਚ ਵੜ ਕੇ ਇਹਨਾਂ ਨੇ 40000 ਰੁਪਏ ਕੈਸ਼ ਚੋਰੀ ਕੀਤਾ ਬਾਅਦ ਦੇ ਵਿੱਚ 2 ਲੱਖ ਰੁਪਏ ਦੇ ਕਰੀਬ ਜਿਹੜੀਆਂ ਬੈਟਰੀਆਂ ਸੀ ਇਸ ਦੀ ਕੀਮਤ 2 ਲੱਖ ਦੱਸੀ ਜਾ ਰਹੀ ਹੈ ਨਾ ਬੈਟਰੀਆਂ ਨੂੰ ਚੋਰੀ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਇਹਨਾਂ ਚੋਰਾਂ ਦੀ ਕਟਿਆ ਹਰਕਤ ਕੈਦ ਹੋ ਗਈ ਆ ਦੇਖ ਸਕਦੇ ਹੋ ਸ਼ਕਲਾਂ ਵੀ ਸਾਫ਼-ਸਾਫ਼ ਦੇਖਿਆ ਜਾ ਸਕਦੀਆਂ ਨੇ ਇਹਨਾਂ ਚੋਰਾਂ ਦੀਆਂ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਨੇ ਪੈਟਰੋਲ ਪੰਪ ਦੇ ਆਫਿਸ 'ਚ ਵੜ ਕੇ ਇਹਨਾਂ ਬੈਟਰੀਆਂ ਨੂੰ ਚੋਰੀ ਕੀਤਾ ਤੇ ਨਾਲ ਦੀ ਨਾਲ 40000 ਰੁਪਏ ਕੈਸ਼ ਵੀ ਲੈ ਗਏ ਐਸ ਐਚਓ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਅਗਲੀ ਕਾਰਵਾਈ ਕੀ ਕਰਨਗੇ ਉਸ ਬਾਰੇ ਵੀ ਦੱਸਿਆ ਤਾਂ ਦੱਸਦੀ ਹੈ ਕਿ ਇਹਨਾਂ ਚੋਰਾਂ ਦੇ ਵੱਲੋਂ 10 ਬੈਟਰੀਆਂ ਚੋਰੀਆਂ ਕੀਤੀਆਂ ਗਈਆਂ ਨੇ ਜੀ ਹਾਂ 10 ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਰਾਤ ਵੇਲੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਵੇਲੇ ਪੰਪ ਬੰਦ ਹੁੰਦਾ ਹੈ ਤਾਂ ਗੇਟ ਤੋੜ ਕੇ ਇਹ ਪੰਪ ਦੇ ਅੰਦਰ ਵੜਦੇ ਨੇ ਤੇ ਬੈਟਰੀਆਂ ਚੋਰੀ ਕਰਕੇ ਲੈ ਜਾਂਦੇ ਨੇ ਤੇ ਵੱਡੀ ਖਬਰ ਹੈ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਟਰੋਲ ਪੰਪ ਦੇ ਵਿੱਚ ਵੜ ਕੇ ਚੋਰ ਯੂਪੀਐਸ ਯਾਨੀ ਕਿ ਇਨਵਰਟਰ ਦੀਆਂ 10 ਬੈਟਰੀਆਂ ਚੋਰੀ ਕਰਕੇ ਲੈ ਗਏ ਨੇ ਮਹਿਲ ਸਾਹਿਬ ਰਾਤੀ ਤੁਹਾਡੇ ਕੋਈ ਇੱਥੇ ਜਿਹੜੀ ਚੋਰੀ ਹੋਈ ਉਸ ਬਾਰੇ ਜਾਣਕਾਰੀ ਸਮਝੀ ਕਰੋ ਸਰ ਉਹ ਰਾਤ 1:30 ਵਜੇ ਆਇਆ ਜੀ ਅੱਛਾ ਜੀ ਤੇ ਕੋਈ ਪਤਾ ਕਿੰਨੇ ਜਾਣੇ ਸੀ ਮੇਰੇ ਖਿਆਲ ਚ 4 ਜਾਂ 5 ਜਾਣੇ ਸੀ अच्छा जी ते की चोरी ओना किताया 10 ਬੈਟੇ ਲਗ ਲਗਾਇਏ ਵੱਡੇ ਤੇ ਕਿੰਨੀ ਕੀਮਤ ਦੇ ਹੈ ਲਗਭਗ ਪੌਣੇ 2 2000 ਕਰੀਬ ਸੀ ਹੈਗੇ ਜੀ ਤੇ ਸੀਸੀਟੀਵੀ ਕੈਮਰੇ ਵਿੱਚ ਜਿਹੜੇ ਬੰਦੇ ਕੋਈ ਆਏ ਸੀ ਸੀਗਾ ਬੰਦੇ ਆਏ 4-5 اچھا ਜੀ ਉਹ ਬੰਦੇ ਉਹਨਾਂ ਨੇ ਠੀਕ ਹੈ ਜੀ ਤੇ ਬਚਾਂ ਚ ਨਹੀਂ ਆ ਰਹੇ ਆਏ ਕਾਰ ਦੇ ਤੇ ਆ ਆਏ ਬਰੂਤੀ ਕਾਰ ਦੇ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨਾਂ ਦਾ ਚਲੋ ਉਥੇ ਹੋਏਗਾ ਤੇ ਬਾਕੀ ਕੀ ਕਹਿਣਾ ਚਾਹੋਗੇ ਇਨ੍ਹਾਂ ਚੋਰਾਵਾਂ ਬਾਰੇ ਜੋ ਚੋਰਾਵਾਂ ਬਾਰੇ ਸਾਡਾ ਇਹਨਾਂ ਨੂੰ ਚੋਰਾ ਨੂੰ ਫੜਿਆ ਜਾਵੇ ਠੀਕ ਹੈ ਜੀ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਮਤਲਬ ਵਾਪਸ ਕਿ ਵਾਪਸ ਦੇ ਲਿਆ ਜਾਵੇ ਤੇ ਇਸ ਦੀ ਜਿਹੜੀ ਦਰਖਾਸਤ ਉਠਾਣੇ ਦਿੱਤੀ ਹਾਂਜੀ ਦਿੱਤੀ ਠੀਕ ਹੈ ਐਸਐਸਓ ਨੂੰ ਸਾਹ ਮਿਲੇ ਐਸਐਸਓ ਸਾਹਿਬ ਕਹਿੰਦੇ ਸੀ ਅੱਧੇ ਘੰਟੇ ਤੱਕ ਆ ਰਹੇ ਤੁਹਾਡੇ ਕੋਲ ਠੀਕ ਹੈ